ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜੀ। ਤਾਂ ਮੁੰਡੇ ਦੇ ਵਿਆਹ ਦੀਆਂ ਤੁਸੀਂ ਵਧਾਈਆਂ ਦਿੱਤੀਆਂ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਤਾਂ ਖਾਸ ਤੌਰ ਤੇ ਮੈਂ ਜਥੇਦਾਰ ਅਕਾਲ ਤਖ਼ਤ ਸਾਹਿਬ ਦਾ ਵੀ ਧੰਨਵਾਦ ਕਰਨਾ ਚਾਹੁੰਦਾ ਕਿ ਉਹਨਾਂ ਨੇ ਮੇਰੇ ਬੇਟੇ ਦੇ ਵਿਆਹ ਦੇ ਵਿੱਚ ਆ ਕੇ ਅਰਦਾਸ ਵੀ ਕੀਤੀ। ਜਿਹੜੀ ਅਰਦਾਸ ਵਿਆਹ ਤੋਂ ਬਾਅਦ ਹੁੰਦੀ ਉਹ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਕੀਤੀ, ਬਾਅਦ ਦੇ ਵਿੱਚ ਉਹਨਾਂ ਨੇ ਉਹਨਾਂ ਨੂੰ ਆਪਣਾ ਆਸ਼ੀਰਵਾਦ ਵੀ ਦਿੱਤਾ। ਉਸ ਲਈ ਮੈਂ ਬਹੁਤ ਧੰਨਵਾਦੀ ਹਾਂ। ਮੈਂ ਤੁਹਾਨੂੰ ਸੱਚੀ ਦੱਸਦਾ, ਮੇਰੇ ਕੋਲ ਤੁਹਾਡੇ ਇੱਕ ਪੱਤਰਕਾਰ ਹੀ ਬੈਠੇ ਸੀ, ਪੱਤਰਕਾਰ ਦਾ ਨਹੀਂ ਅਖਬਾਰ ਦੇ ਮਾਲਕ ਨੇ। ਤਾਂ ਉਹਨਾਂ ਨੂੰ ਮੈਂ ਅਰਦਾਸ ਤੋਂ ਬਾਅਦ ਬੈਠਦੇ ਸਾਰੇ ਕਿਹਾ ਕਿ ਯਾਰ ਮੈਨੂੰ ਇੰਨੀ ਖੁਸ਼ੀ ਹੈ ਕਿ ਮੇਰੇ ਗਰੀਬ ਦੇ ਘਰ ਆ ਕੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਅਰਦਾਸ ਕੀਤੀ ਮੇਰੇ ਬੇਟੇ ਲਈ। ਉਸ ਚੀਜ਼ ਦੀ ਮੈਨੂੰ ਬਹੁਤ ਖੁਸ਼ੀ ਹੈ, ਇਸ ਲਈ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਾਂਗਾ। ਤੁਹਾਡਾ ਧੰਨਵਾਦ, ਤੁਸੀਂ ਮੈਨੂੰ ਵਧਾਈ ਦਿੱਤੀ, ਸਾਰਿਆਂ ਨੇ ਜਿਨ੍ਹਾਂ ਜਿਨ੍ਹਾਂ ਨੇ ਵਧਾਈ ਦਿੱਤੀ। ਅਸੀਂ ਪੂਰੇ ਪਰਿਵਾਰ ਨੇ ਫੈਸਲਾ ਕਰਕੇ ਬਹੁਤ ਸਾਦੇ ਢੰਗ ਦੇ ਨਾਲ ਜਿਸ ਤਰ੍ਹਾਂ ਦਾ ਵਿਆਹ ਹੋਣਾ ਚਾਹੀਦਾ, ਕਿਉਂਕਿ ਆਨੰਦ ਕਾਰਜਾਂ ਨੂੰ ਤਾਂ ਅਹਿਮੀਅਤ ਹੀ ਨਹੀਂ ਦਿੰਦੇ ਹੁਣ। ਹੁਣ ਤਾਂ ਮੈਰਿਜ ਪਹਿਲੇ ਦੇ ਪ੍ਰੋਗਰਾਮ ਨੂੰ ਅਹਿਮੀਅਤ ਹੋ ਗਈ ਹੈ, ਜਿਹੜਾ ਅਸਲੀ ਵਿਆਹ ਹੈ ਉਹ ਆਨੰਦ ਕਾਰਜ ਹੈ। ਅਸੀਂ ਉਸ ਨੂੰ ਅਹਿਮੀਅਤ ਦੇ ਕੇ ਸਾਰੇ ਬਹੁਤ ਸਾਰਿਆਂ ਨੂੰ ਨਹੀਂ ਬੁਲਾ ਸਕਿਆ, ਲੇਕਿਨ ਬਹੁਤ ਸੀਮਤ ਪਰਿਵਾਰਕ ਮੈਂਬਰਾਂ ਨੂੰ ਗੁਰਦੁਆਰਾ ਸਾਹਿਬ 'ਚ ਬੁਲਾਇਆ। ਉੱਥੀ ਆਨੰਦ ਕਾਰਜ ਹੋਏ ਹੈ, ਉੱਥੀ ਕੁੜੀ ਵਾਲੇ ਆ ਗਏ ਆ, ਉਹਨਾਂ ਨੇ ਉੱਥੋਂ ਹੀ ਕੁੜੀ ਤੋਰੀ ਹੈ ਤੇ ਅਸੀਂ ਆਪਣੇ ਘਰ ਲੈ ਕੇ ਆਏ। ਮੈਂ ਇਸ ਲਈ ਪਰਮਾਤਮਾ ਦਾ ਬਹੁਤ ਸ਼ੁਕਰ ਕਰਦਾ। ਦੂਸਰਾ, ਅੱਜ ਅਸੀਂ ਤੁਹਾਨੂੰ ਸੱਦਿਆ ਹੈ ਇਸ ਕਰਕੇ ਕਿ ਪਿੰਡਾਂ ਤੇ ਸ਼ਹਿਰਾਂ ਦੇ ਲਾਲ ਲਾਈਨ ਦੇ ਜਿਹੜੇ ਅੰਦਰ ਲੋਕ ਰਹਿੰਦੇ ਆ, ਉਹਨਾਂ ਪਾਸ ਮਾਲਕੀ ਤੇ ਹੱਕ ਨਹੀਂ ਹੈ। ਜ਼ਿਆਦਾਤਰ ਲੋਕਾਂ ਨੂੰ ਉਹਨਾਂ ਨੂੰ ਦਿੱਕਤ ਆਉਂਦੀ ਜਿਹਨਾਂ ਪਾਸ ਉਹੀ ਘਰ ਹੈ। ਜੇ ਮੁੰਡੇ ਨੇ ਕਿਤੇ ਕੋਈ ਕੰਮ ਕਰਨਾ ਤਾਂ ਗਿਰਵੀ ਰੱਖਣ ਨੂੰ ਕੁਛ ਹੈ ਨਹੀਂ, ਜਾਂ ਜੇ ਕਦੇ ਵੇਚਣਾ ਹੈ ਤਾਂ ਉਹਦੀ ਰਜਿਸਟਰੀ ਹੈ ਨਹੀਂ। ਮਿਊਂਸੀਪਲ ਕਮੇਟੀ ਵਾਲੇ ਉਹਨੂੰ ਆਪਣੇ ਕਾਂਗੜਿਆਂ ਚੜਾਉਂਦੇ ਆ, ਉੱਥੇ ਸਿਸਟਮ ਸਹੀ ਨਹੀਂ ਹੈ। ਸੋ ਅਸੀਂ ਇਹ ਫੈਸਲਾ ਅੱਜ ਕੀਤਾ ਹੈ ਕਿ ਪਿੰਡਾਂ ਤੇ ਸ਼ਹਿਰਾਂ ਦੇ ਲਾਲ ਲਾਈਨ ਦੇ ਅੰਦਰ, ਲਾਲ ਡੋਰੇ ਦੇ ਅੰਦਰ ਜਿੰਨੇ ਘਰ ਹੈ, ਪੁਰਾਣੀ ਆਬਾਦੀ ਹੈ ਜਿਹੜੀ ਪਿੰਡ ਦੀ, ਉਹ ਜਿਹੜਾ ਜਿੱਥੇ ਬੈਠਾ ਹੈ ਉਹਦੇ ਨਾਮ ਕਰਾਂਗੇ। ਪਹਿਲਾਂ ਇਹ ਸਕੀਮ ਤਾਂ ਆਈ ਸੀ ਲੇਕਿਨ ਚੱਲੀ ਨਹੀਂ, ਚਲਾਈ ਨਹੀਂ ਗਈ, ਜਾਂ ਹੁਣ ਅਸੀਂ ਉਹ ਪਿੰਡਾਂ ਤੱਕ ਹੀ ਸੀਮਤ ਸੀ, ਇਹਨੂੰ ਅਸੀਂ ਸ਼ਹਿਰਾਂ ਵਿੱਚ ਵੀ ਕਰ ਦਿੱਤਾ ਹੈ ਕਿ ਸ਼ਹਿਰਾਂ ਦੇ ਲੋਕਾਂ ਦੇ ਵੀ ਜਿਹੜੇ ਘਰ ਦੇ ਵਿੱਚ ਉਹ ਰਹਿ ਰਹੇ ਹੈ ਲਾਲ ਲਾਈਨ ਕਰਕੇ, ਉਹਨਾਂ ਦੇ ਘਰ ਨਾਮ ਨਹੀਂ ਹੈ ਜਾਂ ਰਜਿਸਟਰੀਆਂ ਫਿਰ ਉੱਥੇ ਦਾਖਲ ਹੁੰਦੀਆਂ, ਰੈਵਨਿਊ ਡਿਪਾਰਟਮੈਂਟ ਨੂੰ ਕੰਮ ਦਿੱਤਾ ਹੈ। ਰੈਵਨਿਊ ਡਰੋਨ ਦੇ ਨਾਲ ਪੂਰਾ ਸਿਸਟਮ ਤਿਆਰ ਕਰਕੇ ਉਹਨਾਂ ਦੇ ਘਰ ਉਹਨਾਂ ਦੇ ਨਾਮ ਹੋਣਗੇ। ਇਹਦਾ ਸਕੀਮ ਦਾ ਨਾਮ ਅਸੀਂ ਰੱਖਿਆ ਮੇਰਾ ਘਰ ਮੇਰੇ ਨਾਮ। ਜਿਨ੍ਹਾਂ ਦੇ ਘਰ ਹੈ ਉਹਨਾਂ ਦੇ ਪਿੰਡਾਂ ਅਤੇ ਸ਼ਹਿਰਾਂ ਦੇ, ਪਹਿਲਾਂ ਪਿੰਡਾਂ ਤੱਕ ਹੀ ਸੀਮਤ ਸੀ, ਸ਼ਹਿਰਾਂ ਤੱਕ ਵੀ ਅਸੀਂ ਕਰ ਰਹੇ ਹਾਂ। ਸੋ ਅੱਜ ਕੋਈ ਜ਼ਿਆਦਾ ਲੰਬਾ ਚੌੜਾ ਨਹੀਂ ਹੈ, ਇੰਨਾ ਹੀ ਤੁਹਾਨੂੰ ਅਸੀਂ ਦੱਸਣਾ ਕਿ ਅਸੀਂ ਇਹ ਸਕੀਮ, ਜੇ ਕੋਈ ਇਲੀਗਲ ਕਲੋਨੀ, ਮੇਰਾ ਘਰ ਮੇਰੇ ਨਾਮ, ਜੇ ਕੋਈ ਇਲੀਗਲ ਕਲੋਨੀ ਆਉਂਦੀ ਉਹ ਵੀ ਰੈਗੂਲਰਾਈਜ਼ ਹੋ ਜਾਏਗੀ? ਨਹੀਂ, ਦੇਖੋ ਫੇਰ ਗੱਲ ਸਮਝ ਲਓ, ਜਿਸ ਤਰ੍ਹਾਂ ਮੇਰਾ ਖਰੜ ਹੈ, ਮੈਂ ਖਰੜ ਦਾ ਰਹਿਣ ਵਾਲਾ ਹੈ। ਪਹਿਲਾਂ ਅਸੀਂ ਪਿੰਡ ਰਹਿੰਦੇ ਸੀ, ਪਿੰਡ ਲਾਲ ਲਾਈਨ ਦੇ ਅੰਦਰ ਸਾਡਾ ਘਰ ਸੀ, ਗਲੀ ਦੇ ਵਿੱਚ ਉੱਪਰ ਨੂੰ ਜਾ ਕੇ। ਉਹ ਮੇਰੇ ਬਾਪੂ ਦੇ ਨਾਮ ਨਹੀਂ ਹੈ, ਅੱਜ ਵੀ ਨਹੀਂ ਹੈ। ਇਸੇ ਤਰ੍ਹਾਂ ਚਾਹੇ ਕੋਈ ਵੀ ਹੈ, ਚਾਹੇ ਕੋਈ ਕਿਸਾਨ ਹੈ, ਚਾਹੇ ਕੋਈ ਹੈ, ਉਹਨਾਂ ਦੇ ਨਾਮ ਉਹਨਾਂ ਦੇ ਘਰ ਨਹੀਂ ਹੈ ਕਿਉਂਕਿ ਉਹ ਲਾਲ ਡੋਰੇ ਦੇ ਅੰਦਰ ਹੈ। ਅਸੀਂ ਉਸ ਨੂੰ ਉਹਨਾਂ ਦੇ ਨਾਮ ਕਰ ਰਹੇ ਹਾਂ। ਇਸੇ ਤਰ੍ਹਾਂ ਸ਼ਹਿਰ ਦੇ ਵਿੱਚ ਜਿਹੜੀਆਂ ਕਲੋਨੀਆਂ ਬਾਹਰ ਵਸ ਰਹੀਆਂ ਉਹਨਾਂ ਦੀ ਗੱਲ ਨਹੀਂ ਹੈ, ਇਹ ਹੈਗੀ ਹੈ ਜਿਹੜੇ ਪੁਰਾਣੇ ਵਾਸੂ ਘਰ ਹੈ ਪਿੰਡਾਂ ਦੇ ਅੰਦਰ, ਉਹ ਉਹਨਾਂ ਦੇ ਨਾਮ ਨਹੀਂ ਹੈ। ਉਹਨਾਂ ਦੇ ਨਾਮ ਅਸੀਂ ਉਹ ਜ਼ਮੀਨਾਂ ਕਰ ਰਹੇ, ਉਹਨਾਂ ਦੀਆਂ ਕਰਕੇ ਰਿਸ਼ਤੀਆਂ ਤਿਆਰ ਕਰਕੇ ਉਹਨਾਂ ਦੀ ਸਨਦ ਬਣਾ ਕੇ ਉਹਨਾਂ ਨੂੰ ਦੇ ਰਹੇ। ਸਰ, ਮਿਸ਼ਨ ਲਾਲ ਲਕੀਰ ਦਾ ਹਿੱਸਾ ਜੀ? ਕਿਹੜਾ ਮਿਸ਼ਨ ਲਾਲ ਲਕੀਰ ਦਾ ਹਿੱਸਾ ਹੈ? ਇਸ ਤਰ੍ਹਾਂ ਹੈ ਕਿ ਮਿਸ਼ਨ ਲਾਲ ਲਕੀਰ ਪਿੰਡਾਂ ਤੱਕ ਸੀਮਤ ਸੀ, ਅਸੀਂ ਅੱਜ ਸ਼ਹਿਰਾਂ ਤੱਕ ਵੀ ਇਹਨੂੰ ਕਰ ਰਹੇ ਹਾਂ। ਸੈਂਟਰ ਦੀ ਸਮਾਵਿਤ ਉਹ ਸਾਰੀ ਸਕੀਮ ਨੂੰ ਵਿੱਚ ਇਕੱਠੇ ਲੈ ਕੇ ਮੇਰਾ ਘਰ ਮੇਰਾ ਨਾਮ ਦੀ ਸਕੀਮ ਦੇ ਨਾਲ ਸ਼ਹਿਰਾਂ ਅਤੇ ਪਿੰਡਾਂ ਤੱਕ ਦੋਨਾਂ ਤੱਕ ਇਹਨੂੰ ਕਰ ਰਹੇ। ਜਿੰਨੇ ਵੀ ਲੋਕ ਪਿੰਡਾਂ ਵਿੱਚ ਰਹਿ ਰਹੇ ਹੈ, 66% ਆਬਾਦੀ ਪਿੰਡਾਂ ਦੇ ਵਿੱਚ ਰਹਿ ਰਹੀ ਹੈ, 66% ਜੋ ਜ਼ਿਆਦਾ ਜ਼ਿਆਦਾ 6-7% ਲਾਲ ਲਾਈਨ ਤੇ ਬਾਹਰ ਹੈ, ਬਾਕੀ ਸਾਰੇ ਅੰਦਰ ਹੀ ਰਹਿ ਰਹੇ। ਜਿਹੜੇ ਗਰੀਬ ਲੋਕ ਨੇ ਰਜਿਸਟਰੀ ਨਹੀਂ ਕਰਵਾ ਸਕਦੇ ਤੇ ਉਹਦਾ ਉਹ ਅਸੀਂ
आप सनत बना के देनी है, करा के नहीं सकते, पैसे कोई नहीं लगने, पैसा कोई नहीं लगना है, फ्री रजिस्ट्री होगी, थोड़ा क्लियर कर दो, कोई पैसे नहीं लगने जी। ऐसी ड्रोन दे नाल जिथे जिथे वो बैठे उन्होंने नक्शा तैयार कर देना है, नक्शा तैयार करके उन्होंने सनदान बना के उन्होंने नाम कर प्रॉपर्टी कार्ड मिलेंगे, प्रॉपर्टी की सनद बन के उन्होंने सनद मतलब रजिस्ट्री उन्होंने प्रॉपर्टी की। देखो पहला पिंड किए मुझे शहर किए लोग ने एसोसिएट किया, उस तो बाद लाभ उस बाद होगा एक बार छोटे मोटे पिंड आम चर्चा चर्चा का विषय बनिया पे डिस्प्यूट होंगे ने बिल्कुल पंचायत न हल्का मुल्का ऑलरेडी बन गया जी, एसडीएम लेवल तक ही रखांगे, ज्यादा डिस्ट्रिक्ट लेवल तक नहीं है। जे किसे नू साडा नक्शा जेड़ा असी बनाया ड्रोन दे नाल जेड़ी असी सनद दे रहे, जे किसे नू प्रॉब्लम है तां 15 दिनां दे विच, पहला यह 3 महीने दे विच सी कि 3 महीने च दरखास्त दे सकदा, उस तो बाद कार्रवाई होगी। हुण असी यह किया कि असी एक नक्शा ला देना पिंड दे विच बना देना है, जे किसी नूं शिकायत है तो 15 दिनां दे विच विच शिकायत दूर कर दे अपने ओ दे दे ऑब्जेक्शन, 15 दिनां बाद ऑब्जेक्शन जे कोई नहीं आउंदा तां असीं अगले दे नाम कर दे। बहुत ज्यादा जिहड़ा विवाद आ ओह पंचायती जमीन दा हैगा, बहुत ज्यादा जिहड़े लोकां ने कब्जे आ ओह पंचायती जमीनां च कीते हुंदे आ, उहनां दा जिहड़ा पंचायत दा झगड़ा चलदा ओहनूं किवें लड़ोगे? देखो तुसीं फेर क्लीयर गल कर लो, लाल डोरे दे अंदर पंचायती जमीन ओह सारा कुछ पंचायत दा ही है, पंचायती जमीना की जेड़ी तुसी गल करते हो लाल डोरे के बाहर नंबर वाली उन्हों का कोई झगड़ा नहीं। टोब्या पर जेड़े है वह ड्रोन सिस्टम के नाल पंचायत दसेगी साडा टोबा कितने तक है, उत्थे तक उन्होंने ईयर मार्क कर देगा, हर तरह का इंतजाम है, बजट है, सब कुछ है। ए गल हैगी है कि NRI जेडे भरा है, एक तो मैं तुम दसदा असी बड़ी छेती उन्होंने प्रॉपर्टिया की रखवाली वास्ते एक एक्ट लेके आ रहे, आने वाले जो भी सैशन होगा तो उसे आएगा। दूसरा NRI की प्रॉपर्टी जेड़ी है गरदौरी दे विच उसका नाम चढ़ जाएगा फर्द दे विच कि यह NRI की प्रॉपर्टी है, उन्हें छेड़िया नहीं जा सकेगा, उसकी कंसेंट तो बिना उसकी गरदौरी चेंज नहीं हो सकती, एक असी एक्ट भी इसके बारे लेके आ रहे। दूसरा पिंड दे विच जे NRI का घर है वह भी असी बाहरले देशां दे विच भी एक एड भेज रहे हैं कि जी हुण ड्रोन दे नाल ये सिस्टम चलिया मेरा घर मेरा मेरे नाम जिहड़ी स्कीम चली इहदे तहत हुण असी सर्टिफिकेट बनाउणे आ, तुहानूं जे ऑब्जेक्शन है तां 15 दिनां दे विच करो, फिर भी ऐसी NRI जो इस तो ज्यादा टाइम नहीं लगता। देखो असली तो स्टेट नहीं इंपलीमेंट करने होंगे सेंटर की भी स्कीम हो, असल शहर तक सीमित नहीं सी, पिंड तक सीमित सी, शहर भी असी कर दी है, असी इन होर मॉडिफाई किया है, 15 दिन तक ले आए हैं, असी 3 महीने के काम नबेड़ना चाहते। एक अगली गल मैं होर क्लीयर कर देवां कि असी पिंडां दे विच बिजली दे जेड़े 2 किलोवाट तक दे बिल माफ कीते है, बकाए माफ कीते है, उहदे विच कन्फ्यूजन है लोकां नूं, इह 2 किलोवाट तक चाहे जिस दा भी कनैक्शन हैगा उदे सब दे बकाए माफ होए है, कट ऑफ डेट चाहे ओह किसे भी जाति दे नाल संबंधित है, इहदे विच जात बरादरी और धर्म का कोई ओ नहीं है, जेड़ा गरीब है वह गरीब है चाहे वह किसी जात का है, जिहदे पास छोटा जेड़ा खपतकार है 2 किलोवाट तक का वह किसी भी बरादरी का है किसी भी धर्म का है, वह सब दे होए है। इहदे विच 52 लाख परिवार आए है, टोटल 72 लाख परिवार चो जिन्हां नूं इह लाभ मिलना है। नोटिफिकेशन ऐसी कर रहे हैं, साडा एक फार्म बन गया है, वह फार्म 2 किलोवाट तक वाले लोग भरनगे जिन्हों का बकाया माफ होना है, उन्हों का पुराना बकाया जेड़ा पिछले बिल दे विच आया वा, फिर क्लीयर कर दूं मैं डेट पूछ रहे जेड़ा इस तो पिछला बिल उन्होंने कोल आ चुके है जेड़ा उहदे विच बकाया आया ऐसी वो माफ कर। लेकिन
ਜਿਹੜੀ ਤਰੀਕਾ ਆਉਂਦਾ ਹੈਗਾ ਤੁਸੀਂ ਇਹਨੂੰ ਕਨੈਕਟਿਵਿਜ਼ਮ ਨੂੰ ਪੂਰਾ ਮਜ਼ਬੂਤ ਕਰਨ ਵਾਸਤੇ ਤਾਂ ਕਿ ਬਿਊਰੋਕਰੇਸੀ ਹਾਵੀ ਨਾ ਰਹੇ ਜੋ ਅਕਸਰ ਆਰੋਪ ਲੱਗਦੇ ਨੇ ਜੋ ਚੰਦਾ ਤੇ ਜਿਵੇਂ ਕੁਛ ਲੋਕ ਨਹੀਂ ਰਹਿਣਾ ਅਸੀਂ ਮੈਂ 3 ਵਾਰ MC ਬਣਿਆ ਮੈਨੂੰ ਪਤਾ ਹੈ ਵੀ ਕਿਸ ਤਰ੍ਹਾਂ ਬਿਜਲੀ ਦੀ ਮੈਂ ਆਪ ਖੌੜੀ ਲੈ ਕੇ ਟਿਊਬਾਂ ਲਗਾਉਂਦਾ ਰਿਹਾ ਪਿੰਡ ਆਪਣੇ ਗਲੀਆਂ ਦੇ ਵਿੱਚ ਜਿਹੜੀ ਵਾਰਡ ਦਾ ਮੈਂ MC ਸੀ ਤੇ ਮੈਨੂੰ ਪਤਾ ਕਿ ਕਿਸ ਤਰ੍ਹਾਂ ਸਫਾਈ ਕਰਾਉਣੀ ਹੈ ਸ਼ਹਿਰ ਦੇ ਵਿੱਚ ਮੈਨੂੰ ਪਤਾ ਕਿਸ ਤਰ੍ਹਾਂ ਨਾਲੀ ਬੰਦ ਕਰਨੀ ਹੈ ਮੈਨੂੰ ਪਤਾ ਕਿ ਕਿਹੜੇ ਕਿਹੜੇ ਕੰਮ ਜ਼ਰੂਰਤ ਹੈ ਕਿਉਂਕਿ ਮੈਨੂੰ ਇਹ ਆਪ ਮੈਂ ਆਪ ਆਪਣੇ ਪਿੰਡ ਤੇ ਹਟਾਏ ਹੋਏ ਇਸ ਕਰਕੇ ਤੁਸੀਂ ਫਿਕਰ ਨਾ ਕਰੋ ਬਿਊਰੋਕਰੇਸੀ ਤੇ ਮੈਨੂੰ ਕੰਮ ਲੈਣਾ ਉਹਦਾ ਲਵਾਂਗੇ